ਸਤਿ ਸ਼੍ਰੀ ਅਕਾਲ ਜੀ, ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਦੋ ਕੁ ਗੱਲਾਂ ਹੀ ਤੁਹਾਡੇ ਨਾਲ ਕਰਨੀਆਂ ਸੀ। ਇੱਕ ਤਾਂ ਜਿਹੜੇ BJP ਦੇ ਪ੍ਰਧਾਨ ਆ JP ਨੱਡਾ, ਉਹਨਾਂ ਦਾ ਬਿਆਨ ਆਇਆ ਵੀ ਪੰਜਾਬ 'ਚ ਜਿਹੜੇ ਅੰਦੋਲਨ 'ਚ ਹਿੱਸਾ ਲੈ ਰਹੇ ਆ ਉਹ ਕਿਸਾਨ ਨਹੀਂ, ਉਹ ਤਾਂ ਵਿਚੋਲਗੇ ਆ ਜਾਂ ਵਿਚੋਲੇ ਆ। ਹੁਣ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ BJP ਵਾਲਿਆਂ ਨੂੰ ਅਤੇ JP ਨੱਡਾ ਸਾਹਿਬ ਨੂੰ ਵੀ ਫਿਰ ਵਿਚੋਲਿਆਂ ਨੂੰ ਦੋ ਚਿੱਠੀਆਂ ਪਾ ਕੇ ਦਿੱਲੀ ਕਿਉਂ ਸੱਦਿਆ ਸੀ? ਉਦੋਂ ਤੁਸੀਂ ਉਹਨਾਂ ਨਾਲ ਕੀ ਗੱਲ ਕਰਨੀ ਸੀ? ਤੁਸੀਂ ਇਹੋ ਜਿਹੀਆਂ ਸਟੇਟਮੈਂਟਸ ਦੇਣ ਤੋਂ ਗੁਰੇਜ਼ ਕਰੋ ਅਤੇ ਜਿਹੜਾ ਸੰਘਰਸ਼ ਪੰਜਾਬ ਦੇ ਕਿਸਾਨ ਅਤੇ ਲੋਕ ਲੜ ਰਹੇ ਆ ਉਹਦਾ ਹੱਲ ਦੇਣ ਵਾਸਤੇ ਕੋਈ ਗੱਲ ਕਰੋ ਸਰਕਾਰ ਨਾਲ। ਸਾਨੂੰ ਇਹ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਵੀ BJP ਆਪ ਮਿਡਲਮੈਨ ਪਾਰਟੀ ਆ, ਆਪ ਵਿਚੋਲਗੇ ਇਹ ਆ, ਵਿਚੋਲੇ ਆ ਇਹ, ਅਤੇ ਵਿਚੋਲਿਆਂ ਨੂੰ ਦੂਜੇ ਵੀ ਵਿਚੋਲੇ ਹੀ ਦੇਖਦੇ ਹੁੰਦੇ ਆ। ਸੋ ਇਸ ਕਰਕੇ ਅਗਲੀ ਗੱਲ ਜਿਹੜੀ ਇਹਨਾਂ ਨੇ ਰੈਲੀ ਕੀਤੀ ਉੱਥੇ, ਸਾਡੇ ਕਿਸਾਨਾਂ ਨੇ ਜਿਹੜੀ ਸੇਵਾ ਪਾਣੀ ਕੀਤਾ ਨਾ ਇਹਨਾਂ ਦਾ, ਉਹ ਬੜਾ ਚੰਗਾ। ਇਹਨਾਂ ਨੂੰ ਇਹ ਰੈਲੀਆਂ ਹੁਣੇ ਹੀ ਯਾਦ ਆਉਂਦੀਆਂ ਕਿਉਂਕਿ ਸੰਘਰਸ਼ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣ ਨੂੰ ਫਿਰਦੇ ਆ ਇਹ, ਅਤੇ ਸਾਨੂੰ ਬੜੇ ਧਿਆਨ ਨਾਲ ਸਾਡੀ ਸੇਧ ਅਤੇ ਸਾਡੀ ਦਿਸ਼ਾ ਇਹ ਨਿਰਧਾਰਿਤ ਕਰਨੀ ਪਊਗੀ ਅਤੇ ਇਹਨਾਂ ਬਿਆਨਾਂ ਦਾ ਖੰਡਨ ਕਰਨਾ ਪਊਗਾ, ਪੂਰਨ ਤੌਰ 'ਤੇ ਖੰਡਨ ਕਰਨਾ ਪਊਗਾ। ਮੈਂ ਇਹ ਕਹਿੰਦਾ ਕਿਸਾਨਾਂ ਦੇ ਨਾਲ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਖੜ੍ਹੇ ਹਾਂ। ਦੇਖੋ, ਅਸੀਂ ਆਪਸ 'ਚ ਵਿਚਾਰਧਾਰਾ ਸਾਡੀ ਮਾੜੀ ਮੋਟੀ ਵੱਖ ਹੋ ਸਕਦੀ ਆ, ਵਿਚਾਰਾਂ ਦੇ ਵੱਖਰੇਵੇਂ ਵੱਖ ਹੋ ਸਕਦੇ ਆ, ਪਰ ਦਿੱਲੀ ਤੋਂ ਜਿਹੜਾ ਕੋਈ ਤਿੜਫਿੜ ਕਰੂਗਾ ਸਭ ਤੋਂ ਪਹਿਲਾਂ ਖੜ੍ਹੇ ਹੋਵਾਂਗੇ। ਅਤੇ JP ਨੱਡਾ ਨੂੰ ਇਹ ਕਹਿ ਰਹੇ ਹਾਂ ਵੀ ਵਿਚੋਲੇ ਤੁਸੀਂ ਹੋ, ਤੁਸੀਂ ਇਹ ਨਾ ਸੋਚੋ ਵੀ ਤੁਸੀਂ ਜੇ ਵਿਚੋਲਗੀ ਕਰਦੇ ਹੋ ਤਾਂ ਅਸੀਂ ਵੀ ਵਿਚੋਲੇ ਹੋਵਾਂਗੇ। ਅਸੀਂ ਆਹ ਬੈਠੇ ਹਾਂ ਸੜਕਾਂ 'ਤੇ, ਮੋਰਚਿਆਂ 'ਤੇ, ਅਤੇ ਪੰਜਾਬ ਦੇ ਜਵਾਨਾਂ ਨੂੰ, ਜਵਾਨੀ ਨੂੰ ਅਤੇ ਲੋਕਾਂ ਨੂੰ ਤੁਹਾਨੂੰ ਇਤਿਹਾਸ ਰਚਣ ਦਾ ਮੌਕਾ ਮਿਲ ਰਿਹਾ। ਤੁਹਾਨੂੰ ਇਸ ਪੰਜਾਬ ਦੀ ਹੋਂਦ ਦੇ ਯੁੱਧ 'ਚ ਭਾਗ ਲੈਣ ਦਾ ਮੌਕਾ ਮਿਲ ਰਿਹਾ ਅਤੇ ਮੋਰਚਿਆਂ ਨੂੰ, ਧਰਨਿਆਂ ਨੂੰ ਖਾਲੀ ਨਾ ਛੱਡੋ। ਆਓ, ਸਾਡੇ ਕੋਲ ਤੁਹਾਡੀ ਜ਼ਰੂਰਤ ਆ ਇੱਥੇ, ਜਿਹੜੀਆਂ ਜਿਹੜੀਆਂ ਰੂਹਾਂ ਦੀ ਜ਼ਮੀਰ ਜਾਗਦੀ ਆ ਉਹਨਾਂ ਦੀ ਜ਼ਰੂਰਤ ਆ ਇੱਥੇ, ਇੱਥੇ ਆਓ। ਔਰ ਹੱਕ ਨਾਲ ਕਹਿ ਰਹੇ ਹਾਂ ਤੁਹਾਨੂੰ, ਕੋਈ ਅਥਾਰਿਟੀ ਨਾਲ ਕਹਿ ਰਹੇ ਹਾਂ, ਤੁਹਾਨੂੰ ਇਹਦੇ 'ਚ ਕੋਈ ਬੇਨਤੀ ਨਹੀਂ ਆ। ਇੱਕ ਕਹਾਣੀ ਸੁਣਾਉਣਾ ਤੁਹਾਨੂੰ ਮੈਂ। ਉਹ ਕਹਿੰਦੇ ਇੱਕ ਵਾਰੀ ਜੰਗਲ ਨੂੰ ਲੱਗ ਗਈ ਅੱਗ ਅਤੇ ਚਿੜੀ ਨਾ ਚੁੰਝ 'ਚ ਪਾਣੀ ਭਰ ਕੇ ਅਤੇ ਆ ਕੇ ਅੱਗ 'ਤੇ ਪਾਉਂਦੀ ਫਿਰੇ, ਬਾਕੀ ਜਾਨਵਰ ਜੰਗਲੋਂ ਬਾਹਰ ਨੂੰ ਭੱਜਣ ਲੱਗ ਗਏ। ਚਿੜੀ ਨੂੰ ਕਹਿੰਦੇ ਵੀ ਤੇਰਾ ਕੀ ਫਾਇਦਾ ਇਹ ਕਰੀ ਜਾਂਦੀ ਹੈ? ਕਹਿੰਦੇ ਕੱਲ੍ਹ ਨੂੰ ਇਤਿਹਾਸ ਲਿਖਿਆ ਜਾਊਗਾ, ਇਸ ਜੰਗਲ ਦਾ ਇਤਿਹਾਸ ਲਿਖਿਆ ਜਾਊਗਾ ਅਤੇ ਉਹਦੇ 'ਚ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ 'ਚ ਲਿਖਿਆ ਜਾਊਗਾ, ਨਾ ਅੱਗ ਲਾਉਣ ਵਾਲਿਆਂ 'ਚ ਅਤੇ ਨਾ ਭੱਜਣ ਵਾਲਿਆਂ 'ਚ। ਸੋ ਇਤਿਹਾਸ ਤੁਹਾਨੂੰ ਮੌਕਾ ਦੇ ਰਿਹਾ ਪੰਜਾਬ ਦੇ ਹੋਂਦ ਦਾ ਯੁੱਧ ਲੜਨ ਵਾਸਤੇ। ਹੋਂਦ ਦਾ ਯੁੱਧ ਜੇ ਲੜਨਾ, ਉਹਦੇ 'ਚ ਆਪਦਾ ਨਾਂ ਲਿਖਾਉਣਾ, ਤਾਂ ਆ ਜਾਓ ਫਿਰ, ਤੁਹਾਡੀ ਜ਼ਰੂਰਤ ਆ ਸਾਡੇ ਮੋਰਚਿਆਂ 'ਚ, ਸਾਡੇ ਧਰਨਿਆਂ 'ਚ, ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ।